जीरे हल्के दे विच बस्ती बूटे वाली दे विच 23 साल दी कुड़ी महज 23 साल दी उम्र है और सरपंच बन गई है, बीकॉम कीती है, बीएड कर रही है ये लड़की और महज 23 साल दी उम्र दे विच सरपंच बनी। किहो जिहा लग रहा है 23 साल दी उम्र दे विच सरपंच बनना? सोचिया सी कदी सरपंच इन्नी घट उम्र च बनांगी? कदी नहीं सी सोचिया, पर अज मैनूं बहुत खुशी हो रही है क्योंकि तुसीं बीएड भी कर रहे हो, पढ़ाई जारी रखोगे? हां जी, पढ़ाई जारी रखूंगी। हां, की कहना चाहोगे सरपंच बनने तो बाद सब तो पहला केड़े काम जिहड़े तुहानूं लगदा है कि खास तौर ते महिलावां नूं बहुत सारियां उम्मीदां ने, ओह कहिंदियां सी कि असीं खुल के तुहाडे नाल गल कर सकदे हां जो बंदियां नाल गलबात नहीं कर सकदे? हांजी, ओह सारे असीं उहनां दे वादे पूरे करांगे, जिहड़े उहनां दीआं मंगां होणगीआं असीं पूरीआं करांगे। घरे कोई सिगा पहला जिहड़ा इलैक्शन दे विच कदी लड़िया होवे जां सियासी पार्टी नाल तालुक रखदा होवे? कोई नहीं जी लड़े असीं। ਮੈਂ 23 ਸਾਲ ਦੀ ਉਮਰ ਕਿੰਨੀ ਖੁਸ਼ੀ ਹੈ ਜਦੋਂ ਸਾਡੀ ਖੁਸ਼ੀ ਬੜੀ ਜਾਂਦੀ ਹੈ ਜੀ, ਸਾਡੀ ਧੀ ਇਹ ਸਾਰੀ ਜੀਰਾ ਸਾਹਿਬ ਦੀ ਦੇਣ ਹੈ ਜੀ। ਹਾਂਜੀ ਬਿਲਕੁਲ, ਜੀਰਾ ਸਾਹਿਬ ਦੀ ਦੇਣ ਹੈ ਜੀ, ਕਾਂਗਰਸ ਸਾਰੇ ਪਿੰਡ ਨੂੰ, ਇਸ ਪਿੰਡ ਨੂੰ, ਸਾਰੇ ਉਹਨਾਂ ਦੀ ਦੇਣ ਹੈ। ਤਾਂ ਇਸ ਵੇਲੇ ਪਿੰਡ ਦੇ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਕਿਉਂਕਿ 23 ਸਾਲ ਦੀ ਮਹਿਜ਼ ਲੜਕੀ ਹੈ, ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਖੜੇ ਹੋਏ? ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਖੜੇ ਸੀ, ਬਹੁਤ ਖੁਸ਼ੀ ਹੋ ਰਹੀ ਹੈ। ਕੁੜੀਆਂ ਲਈ ਕੀ ਕੁਝ ਕਰਨਾ ਚਾਹੋਗੇ ਜਿਹੜੀਆਂ ਤੁਹਾਨੂੰ ਦੇਖ ਰਹੀਆਂ? ਕੁੜੀਆਂ ਲਈ ਜਿਵੇਂ ਆਪਾਂ ਕੀ ਕਹਿੰਦੇ, ਬਹੁਤ ਸਾਰੀਆਂ ਕੁੜੀਆਂ ਨੂੰ ਆਪਾਂ ਪੜ੍ਹਾਉਣ ਨਹੀਂ ਦਿੰਦੇ, ਆਪਾਂ ਉਹਨਾਂ ਨੂੰ ਵਧੀਆ ਸਿੱਖਿਆ ਦੇਵਾਂਗੇ। ਤੁਹਾਡੇ ਤੁਹਾਨੂੰ ਪੜ੍ਹਨ ਤੋਂ ਨਹੀਂ ਤੇ ਨਹੀਂ ਰੋਕਿਆ ਗਿਆ? ਨਾ ਨਾ ਜੀ, ਪੜ੍ਹਨ ਤੋਂ ਸਾਨੂੰ ਬਿਲਕੁਲ, ਕਈਆਂ ਨੂੰ ਪੜ੍ਹਨ ਤੋਂ ਰੋਕਿਆ ਜਾਂਦਾ, ਕਈਆਂ ਨੂੰ ਪੜ੍ਹਨ ਨੂੰ ਰੋਕਿਆ ਜਾਂਦਾ, ਪਰ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਪੜ੍ਹਨ ਦਾ, ਉਹਨਾਂ ਨੂੰ ਘਰੋਂ ਬਾਹਰ ਨਿਕਲਣ ਦਾ ਵੀ ਮੌਕਾ ਦੇਵਾਂਗੇ। ਕਈ ਵਾਰ ਪਿੰਡਾਂ 'ਚ ਵੀ ਹੁੰਦਾ 20-22 ਸਾਲ ਦੀ ਕੁੜੀ ਹੋ ਗਈ, ਵਿਆਹ ਕਰਵਾ ਦਿਓ, ਅੱਗੇ ਕਰਵਾ ਦਿਓ, ਪਰ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਪੜ੍ਹਨ ਦਾ, ਪਰ ਉਹਨਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ ਜਾਊਗਾ। ਤੁਹਾਨੂੰ ਪੂਰਾ ਮੌਕਾ ਦਿੱਤਾ ਜਾਂਦਾ? ਹਾਂਜੀ ਹਾਂਜੀ, ਪੂਰਾ ਮੌਕਾ ਦਿੱਤਾ। ਇਹ ਤੁਹਾਡੇ ਕੌਣ ਨੇ? ਕੁਲਵੀਰ ਸਿੰਘ ਜੀਰਾ ਦੀ ਮੰਮੀ ਹੈ। ਅੱਛਾ, ਕੁਲਵੀਰ ਸਿੰਘ ਜੀਰਾ ਦੀ ਮੰਮੀ। ਹਾਂਜੀ, ਤਾਂ ਪਿੰਡ ਦੇ ਵਿੱਚ 23 ਸਾਲ ਦੀ ਮਹਿਜ਼ ਲੜਕੀ ਹੈ ਜਿਹਨੂੰ ਸਰਪੰਚ ਚੁਣਿਆ ਗਿਆ? ਹਾਂਜੀ ਹਾਂਜੀ, ਬਹੁਤ ਹੀ ਵਧੀਆ ਹੋਇਆ, ਬਹੁਤ ਸਾਨੂੰ ਖੁਸ਼ੀ ਹੋਈ ਆ। ਵੇਖੋ, ਬੱਚਿਆਂ ਨੂੰ ਅੱਗੇ ਲਿਆਵਾਂਗੇ ਨਵੇਂ ਯੁੱਗ ਨੂੰ, ਤੇ ਪਿੰਡ ਦੀ ਹੋਰ ਵੀ ਤਰੱਕੀ ਕਰਨ ਦੇ ਅੱਗੇ ਸਰਪੰਚ। ਇਹ ਇਲੈਕਸ਼ਨ ਲੜਨ ਦਾ ਫੈਸਲਾ ਕਿੰਦਾ ਸੀਗਾ, ਤੁਹਾਡਾ ਸੀਗਾ ਜਾਂ ਘਰੋਂ ਕਿਸੇ ਨੇ ਕਿਹਾ ਸੀ ਜਾਂ ਜਦੋਂ ਤੁਸੀਂ ਇਲੈਕਸ਼ਨ ਲੜ? ਇਹ ਸਾਰਿਆਂ ਨੇ ਸੰਯੋਗ ਦਿੱਤਾ ਵੀ ਤੂੰ ਇਲੈਕਸ਼ਨ ਲੜਨਾ ਹੀ ਲੜਨਾ, ਪਰ ਮੈਂ ਕਹਿੰਦੀ ਸੀ ਮੈਂ ਨਹੀਂ ਲੜਨਾ। ਤੁਹਾਡੇ ਪਿਤਾ ਕੀ ਕਰਦੇ? ਮੇਰੇ ਪਿਤਾ ਜੀ ਰੰਗ ਦਾ ਕੰਮ ਕਰਦੇ ਆ। ਹਾਂਜੀ, ਤੇ ਘਰੇ ਜਦੋਂ ਤੁਸੀਂ ਕਿਹਾ ਕਿ ਮੈਂ ਇਲੈਕਸ਼ਨ ਲੜਨਾ ਹੈ, ਘਰਦਿਆਂ ਨੇ ਰੋਕਿਆ, ਕਿਹਾ ਕਿ ਪੜ੍ਹਾਈ ਵੱਲ ਧਿਆਨ ਕਰ, ਆਪਣੀ ਬੀਐਡ ਕੰਪਲੀਟ ਕਰ, ਬਾਅਦ ਚੋਂ ਇਲੈਕਸ਼ਨ? ਨਹੀਂ ਜੀ, ਉਹਨਾਂ ਨੇ ਨਹੀਂ ਰੋਕਿਆ, ਉਹਨਾਂ ਨੇ ਕਿਹਾ ਲੜੋ ਇਲੈਕਸ਼ਨ, ਆਪਣੇ ਹੱਕਾਂ ਨਹੀਂ ਲੜੋ। ਇਹ ਬਾਕੀ ਕੁੜੀਆਂ ਦੇ ਲਈ ਵੀ ਮਿਸਾਲ, ਕਿੰਨੀ ਖੁਸ਼ੀ ਹੁੰਦੀ ਜਦੋਂ 23 ਸਾਲ ਦੀ ਕੁੜੀ ਜਿੱਤਦੀ? ਕਿੰਨੀ ਖੁਸ਼ੀ ਹੁੰਦੀ ਜਦੋਂ 23 ਸਾਲ ਦੀ ਕੁੜੀ? 23 ਸਾਲ ਦੇ ਮਹਿਜ਼ ਲੜਕੀ ਜੋ ਪਿੰਡ ਦੀ ਸਰਪੰਚ ਬਣੀ ਹੈ ਔਰ ਪੂਰੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਟੋਟਲ ਕਿੰਨੀਆਂ ਵੋਟਾਂ ਪਈਆਂ ਔਰ ਕਿੰਨੀਆਂ ਵੋਟਾਂ ਤੋਂ ਜਿੱਤੇ? ਨਹੀਂ ਪਤਾ ਨਹੀਂ ਅਜੇ। ਟੋਟਲ ਕਿੰਨੀਆਂ ਵੋਟਾਂ ਤੋਂ ਜਿੱਤੇ ਪਤਾ ਕਿਸੇ ਨੂੰ? ਅਸੀਂ ਤਾਂ ਹੁਣ ਮਿਲਦੇ ਪਏ, ਚੱਲ ਚੱਲ ਪੂਰੀ ਖੁਸ਼ੀ ਹੈ ਔਰ 23 ਸਾਲ ਦੀ ਲੜਕੀ ਜੋ ਇਸ ਵੇਲੇ ਬੀਕੌਮ ਕਰਨ ਤੋਂ ਬਾਅਦ ਬੀਐਡ ਕਰ ਰਹੀ ਸੀ ਔਰ ਪਹਿਲੀ ਵਾਰ ਇਲੈਕਸ਼ਨ ਲੜਨ ਦਾ ਸੋਚਿਆ ਔਰ ਹੁਣ 23 ਸਾਲ ਦੀ ਲੜਕੀ ਸਰਪੰਚ ਬਣ ਗਈ ਹੈ ਪਿੰਡ ਦੀ ਸਰਪੰਚ ਬਣ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਅੱਗੇ ਤੁਹਾਨੂੰ ਕਹਿੰਦੇ ਛੋਟੀ ਧੀ ਹੈ, ਕੁੜੀ ਹੈ, ਹੁਣ ਤੁਹਾਨੂੰ ਕਹਿਣਗੇ ਸਰਪੰਚ ਨਹੀਂ ਆ ਗਈ? ਤਾਂ ਅਜੇ ਜ਼ਿਆਦਾ ਕੁਛ ਨਹੀਂ ਬੋਲ ਰਹੇ ਕਿਉਂਕਿ ਉਮਰ ਵੀ ਥੋੜੀ ਹੈ ਔਰ ਇਲੈਕਸ਼ਨ ਦਾ ਤਜਰਬਾ ਵੀ ਨਹੀਂ ਹੈ, ਲੇਕਿਨ ਪਿੰਡ ਵਾਲਿਆਂ ਨੇ ਬਜ਼ੁਰਗੋ ਕਿਵੇਂ ਦੇਖਦੇ ਹੋ 23 ਸਾਲ ਦੀ ਕੁੜੀ ਜਿਹੜੀ ਹੈ ਉਹ ਸਰਪੰਚ ਬਣ ਗਈ ਹੈ, ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਧੰਨ ਪਾ ਕੇ ਵਧਾਇਓ। ਡੈਡੀ ਹੈ ਜੀ, ਮੈਂਬਰ ਦਾ ਡੈਡੀ ਬਲਵੰਤ ਸਿੰਘ ਦਾ। 23 ਸਾਲ ਦੀ ਕੁੜੀ ਤੁਸੀਂ ਜਿਤਾਤੀ ਪਿੰਡ ਦੀ? ਹੈ, ਬਹੁਤ ਮਿਹਰਬਾਨੀ ਹੈ ਜੀ, ਇਹ ਕੁਲਵੀਰ ਸਿੰਘ ਦੀ ਦੇਣ ਆ ਜੀ, ਜੀਰਾ ਸਾਹਿਬ ਦੀ। ਤਾਂ ਪੂਰੇ ਪਿੰਡ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਔਰ ਹੁਣ ਪਿੰਡ ਨੂੰ ਨਵੀਂ ਸਰਪੰਚਨੀ ਮਿਲੀ ਹੈ। 23 ਸਾਲ ਦੀ ਇਹ ਲੜਕੀ ਨੇ ਇੱਕ ਦੂਜੀਆਂ ਕੁੜੀਆਂ ਦੇ ਲਈ ਵੀ ਪ੍ਰੇਰਣਾ ਦਾ ਕਾਰਨ ਬਣਨਗੇ ਔਰ ਜਿਸ ਤਰੀਕੇ ਨਾਲ ਕਿਉਂਕਿ ਸਵੇਰੇ ਜਦੋਂ ਸਾਡੀ ਗੱਲਬਾਤ ਹੋ ਰਹੀ ਸੀ ਇਸ ਪਿੰਡ ਦੀਆਂ ਕੁਛ ਹੋਰ ਬਜ਼ੁਰਗਾਂ ਨਾਲ ਕੁੜੀਆਂ ਨਾਲ, ਤਾਂ ਉਹ ਕਹਿ ਰਹੀਆਂ ਸੀਗੀਆਂ ਕਿ ਅਸੀਂ ਵੀ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਔਰ ਜੇਕਰ ਇਹ ਜਿੱਤਦੇ ਨੇ ਤਾਂ ਫਿਰ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਾਂਗੇ, ਮਿਲ ਸਕਾਂਗੇ ਔਰ ਆਪਣੀ ਦਿਲ ਦੀ ਮਹਿਲਾਵਾਂ ਦੀ ਗੱਲ ਜਿਹੜੀ ਹੈ ਉਹ ਲੜਕੀ ਨੂੰ ਦੱਸ ਸਕਾਂਗੇ। ਤਾਂ ਇਸ ਵੇਲੇ ਪੂਰੇ ਪਿੰਡ ਦੇ ਵਿੱਚ ਜਸ਼ਨ ਦਾ ਮਾਹੌਲ ਜਿਹੜਾ ਵੈ ਉਹ ਨਜ਼ਰ ਆ ਰਿਹਾ। ਤਸਵੀਰਾਂ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿੱਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਖੁਸ਼ੀ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਹੈ ਔਰ ਇਸ ਪਿੰਡ ਨੂੰ ਨਵੀਂ
सरपंच नहीं मिली है। तस्वीर असीं लगातार दिखा रहे हैं कि किस तरीके दे नाल महज 23 साल की उम्र पिंड वासियां ने इस लड़की नूं सरपंच बना दिता है। कैमरामैन संदीप दे नाल पंकज भाई, न्यूज 18 जीरा हलका।